ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ASI ਰਿਸ਼ਵਤ ਲੈਂਦਾ ਕੈਮਰੇ ਦੇ ਵਿੱਚ ਕੈਦ ਹੋਇਆ। ਮਿਲੀ ਜਾਣਕਾਰੀ ਅਨੁਸਾਰ ਇਸ ASI ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਰੈਸਟੋਰੈਂਟ ਦੇ ਵਿੱਚ ਕੁਝ ਨੌਜਵਾਨਾਂ ਤੇ ਹੁੱਕਾ ਪੀਣ ਦਾ ਝੂਠਾ ਮਾਮਲਾ ਬਣਾ ਦਿੰਦਾ ਹੈ ਤੇ ਫਿਰ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਪਰਿਵਾਰ ਨੇ ਰਿਸ਼ਵਤ ਲੈਂਦੇ ਇਸ ASI ਦੀ ਵੀਡੀਓ ਬਣਾ ਲਈ, ਜਿਸ ਤੇ ਹੁਣ ਇਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਦੱਸ ਦਈਏ ਕਿ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਇਸ ASI ਨੇ ਨੌਜਵਾਨਾਂ ਤੇ ਝੂਠਾ ਮੁਕੱਦਮਾ ਬਣਾਇਆ, ਜਿਸ ਦੇ ਵਿੱਚ ਉਹਨਾਂ ਤੇ ਰੈਸਟੋਰੈਂਟ ਦੇ ਵਿੱਚ ਹੁੱਕਾ ਪੀਣ ਦੇ ਇਲਜ਼ਾਮ ਲਗਾਏ ਤੇ ਫਿਰ ਇਹਨਾਂ ਦੇ ਵੱਲੋਂ ਮਾਮਲਾ ਰਫਾ ਦਫਾ ਕਰਨ ਦੇ ਲਈ ਰਿਸ਼ਵਤ ਮੰਗੀ ਗਈ ਸੀ। ਤਾਂ ਮੌਕੇ ਤੇ ਪਰਿਵਾਰ ਪਹੁੰਚਦਾ ਹੈ ਤੇ ਜਦ ਇਸ ਨੂੰ ਪੈਸੇ ਦਿੱਤੇ ਜਾਂਦੇ ਨੇ ਤਾਂ ਇਸ ਦੀ ਇਹਨਾਂ ਦੇ ਵੱਲੋਂ ਵੀਡੀਓ ਵੀ ਬਣਾ ਲਈ ਜਾਂਦੀ ਹੈ, ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਜਾਂਦੀ ਹੈ। ਤਾਂ ਜਿਵੇਂ ਹੀ ਇਹ ਵੀਡੀਓ SSP ਦੇ ਕੋਲ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਇਸ ASI ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਮਾਮਲਾ ਵੀ ਦਰਜ ਕਰ ਲਿਆ ਗਿਆ। ਬਸ ਬੜੇ ਆ, ਚਾਹ ਨੀ ਪਈ। ਕਿੰਨੇ ਹੋ ਗਿਆ ਪੂਰਾ? 25। ਚੱਲ ਜੋਰ ਅੱਜ ਉਹਨੇ ਕਿਹਾ ਗੱਲ ਉਹ ਮੰਨ ਲਿਆ ਕਰ। ਮੇਰੇ ਗੱਲ ਪੈਣਾ ਉਹਨਾਂ ਨੂੰ, ਤੂੰ ਵੰਡਦੇ ਸਾਰਿਆਂ ਨੂੰ 3-3 ਹਜ਼ਾਰ ਜਿਹੜਾ ਘਟਿਆ ਉਹ ਇੱਥੇ ਸ਼ੁਕਰ ਕਰੋ ਵੀ ਪੈਸੇ ਵਾਪਸ ਮਿਲ ਗਏ ਤੁਹਾਡੇ ਨੂੰ। ਪਤਾ ਕਿ ਨਹੀਂ ਬਾਬਾ ਜੀ, ਬਹੁਤ ਬਹੁਤ ਧੰਨਵਾਦ ਭਰਾ ਨੇ ਸਾਥ ਦਿੱਤਾ। ਚਾਹ ਨੀ ਪਿਆ ਜੀ ਪਹਿਲਾਂ? ਨਹੀਂ ਚਾਹ ਨੀ ਪਿਆ, ਮੈਂ ਚਾਹ ਪੀਣੀ, ਮੈਂ ਚਾਹ ਪਿਆਵਾਂਗਾ, ਮੈਂ ਨਾ ਪਿਆਵਾਂਗਾ, ਮੈਨੂੰ ਨਾ ਆਉਂਦਾ ਖਾਣਾ, ਅਸੀਂ ਪਿਆਵਾਂਗੇ। ਓਕੇ ਜੀ, ਆਉਣਾ ਹੈ, ਚਲੋ ਜੀ।